ਤਾੜੀਆਂ ਜ਼ੋਰਦਾਰ ਮਾਰ ਰਹੀ ਹੈ ਮੇਰੇ ਵੀਰੋ। ਨਵਾਂ ਮੁੰਡਾ ਹੈ ਮਨੂ ਹੰਸਰਾ, ਮਾਨ ਜੱਟਪੁਰਾ ਤੇ ਬੱਬੂ ਕਲੇਰ ਹੋਣਾ ਦੇ ਸੱਦੇ ਤੇ ਅੱਜ ਜਿਹੜੀ ਟੀਮ ਹੈ ਉਹ ਸ਼ਕਰਪੁਰ ਦੀ ਖੇਡ ਰਹੀ ਹੈ। ਧੰਨਵਾਦ ਹੈ। ਇਧਰ ਗਿੰਦੀ ਹੋਣੀ ਹੈ ਗੁਰਤੇਜ ਦਿਆਲ, ਅਰਸ਼ ਲਾਓ, ਲਵ ਖੱਖ, ਪਿੰਡਾ ਖਹਿਰਾ, ਸਾਰੇ ਭਰਾ ਜੁੜੇ ਹੋਏ ਨੇ ਸਾਡੇ। ਹਾਂਜੀ ਵੀਰ ਜੀ ਇੱਕ ਮਿੰਟ, ਸਾਡੇ ਹੈਪੀ ਜੀ ਜੋ ਜੰਡੀ ਆਪਣੇ ਬੋੜਾ ਵਾਲੇ ਆ ਫਲੈਕਸੀਆਂ ਵਾਲੇ ਉਹ ਵੱਡੀ ਦੇਣ ਆ, ਲਗਾਤਾਰ 2 ਮਹੀਨੇ ਤੋਂ ਸਾਡੇ ਨਾਲ ਇੰਟਰਨੈਟ ਤੇ ਜੁੜੇ ਹੋਏ ਨੇ, ਬਹੁਤ ਵੱਡਾ ਸਾਡਾ ਸਾਥ ਦਿੱਤਾ ਹੈਪੀ ਵੀਰ ਨੇ, ਉਹ ਵੀ ਪਹੁੰਚਿਆ ਜੀ ਆਇਆਂ ਨੂੰ ਹੈਪੀ ਜੀ ਹੋਣਾ ਵੱਲੋਂ ਜੀ ਧੰਨਵਾਦ ਉਹਨਾਂ ਦਾ। ਸਾਡੇ ਨਛੱਤਰ ਸਿੰਘ ਜੀ ਖਾਲਸਾ ਤੇ ਖੁਸ਼ ਬਸੀਆਂ। ਰਾਜੂ ਹਸਰਾ ਦੇ ਜਿਹੜੇ ਯਾਰ ਹੈ ਸ਼ਕਰਪੁਰੀਏ ਜਿੰਨੇ ਜੱਫੇ ਲਾਉਣਗੇ ਪਰ ਜੱਫੇ ਦਾ 500 ਦਿੱਤਾ ਜਾਣਾ ਹੈ। ਇਧਰ ਮਾਸਪਨ ਹੋਇਆ ਮੱਲੇ ਵਾਲੇ ਵਿੱਕੀ ਦਾ ਗੱਡੀ ਦੇ ਨਾਲ, ਜੱਗੇ ਚੱਕਰ ਦਾ ਜੂਕੇ ਵਾਲੇ ਦਾ, ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਤਿਕਾਰ ਬਖਸ਼ਿਆ ਹੈ। ਨਾਲ ਸਮੁੱਚੀ ਮੈਂਬਰਸ਼ਿਪ ਹੋਊਗੀ, ਜੇ ਇਕੱਲਾ ਇਕੱਲਾ ਨਾਮ ਬੋਲਣ ਆਪਾਂ ਲੱਗੇ ਤੇ ਨਾਮ ਬਹੁਤ ਜ਼ਿਆਦਾ ਹੈ, ਕੋਈ ਨਾਮ ਰਹਿ ਨਾ ਜਾਵੇ। ਸਾਰੇ ਵੀਰ ਜਿਹੜੇ ਹੈ ਇਹ ਯਾਦਗਾਰੀ ਫੋਟੋ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਗੇ। ਬਹੁਤ ਵੱਡਾ ਮਾਣ ਸਨਮਾਨ ਹੈ, ਮੱਲੇ ਵਾਲਾ ਬੇਕੀ ਸਾਡਾ ਛੋਟਾ ਵੀਰ ਹੈ, ਗੱਡੀ ਦੇ ਨਾਲ ਮਾਨਿਆ ਸਨਮਾਨਿਆ ਜਾ ਰਿਹਾ ਹੈ। ਸਨਮਾਨਾਂ ਵੀ ਜਦੋਂ ਗੱਡੀਆਂ ਮਿਲਦੀਆਂ ਤੇ ਬਹੁਤ ਵੱਡੀ ਗੱਲ ਹੁੰਦੀ ਹੈ, ਉਹਦਾ ਰੁਪਈਆ ਬਹੁਤ ਦੁਨੀਆ ਕੋਲੇ ਹੈ ਬਾਈ, ਉਹਦਾ ਗੱਡੀ ਖਰੀਦਣੀ ਹੋਵੇ ਗੱਲ ਹੋਰ ਹੈ, ਪਰ ਜਦੋਂ ਸਨਮਾਨ ਵਿੱਚ ਮਿਲਦੀ ਹੈ ਇਹ ਬਹੁਤ ਵੱਡਾ ਰੁਤਬਾ ਹੁੰਦਾ ਹੈ। ਉਹਨਾਂ ਕੁੱਖਾਂ ਨੂੰ ਸਲਾਮ ਹੈ ਜਿਹਨਾਂ ਕੁੱਖਾਂ ਦੇ ਇਹਨਾਂ ਪੁੱਤਰਾਂ ਦੇ ਸਨਮਾਨ ਇਹਨਾਂ ਮੈਦਾਨਾਂ ਵਿੱਚ ਹੁੰਦੇ ਹੈ। ਰੁਪਿੰਦਰ ਜਲਾਲ ਮੇਰੀ ਜ਼ਿੰਦਗੀ ਦਾ ਬਹੁਤ ਅਜੀਜ਼ ਦੋਸਤ, ਮੈਂ ਬੇਨਤੀ ਕਰਦਾ ਵੱਡੇ ਭਰਾ ਨੂੰ, ਇਹ ਵੱਡਾ ਸਨਮਾਨ ਹੈ, ਜ਼ਰੂਰ ਬੋਲ ਸਾਂਝੇ ਕਰੂਗਾ ਸਾਡਾ ਵੀਰ ਬਿੱਕੀ ਮੱਲੇਵਾਲ ਦਾ ਸਨਮਾਨ ਗੱਡੀ ਦੇ ਨਾਲ ਕੀਤਾ ਜਾ ਰਿਹਾ ਹੈ। ਹੁਣ ਯਾਰ ਸੈਮੀ ਫਾਈਨਲ ਹੈ ਬਿੱਲੇ, ਹੁਣ ਹੁਣ ਤੁਹਾਡੀਆਂ ਲਿਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਬਿੱਲੇ, ਸੌਰੀ ਤੇਰੀ ਗੱਲ ਬੈਠਿਆ ਯਾਰ, ਜਿੰਨਾ ਟਾਈਮ ਗਰਾਊਂਡ ਨਹੀਂ ਕਲੀਅਰ ਹੁੰਦਾ ਉਹਨਾਂ ਟਾਈਮ ਮੈਚ ਨਹੀਂ ਸ਼ੁਰੂ ਹੋਣਾ। ਗੱਡੀ ਬਾਹਰ ਕਰ ਲੈਣ ਦੋ, ਗੱਡੀ ਬਾਹਰ ਕਰ ਲੈਣ ਦੇ ਕਰੋ, ਰੁਕ ਜਾਓ ਬਾਈ ਉੱਧਰ ਪਰੇ ਪਰੇ ਕਰ ਰਿਹਾ ਦੋ ਜੋ ਯਾਰ, ਓ ਯਾਰ ਗੱਡੀ ਬਾਹਰ ਆਉ ਫੇਰ ਹੀ ਪੁੱਗੇ ਫੇਰ ਹੀ ਆਉ ਬਰਾਬੋ, ਪੈਸੇ ਆ ਜਾ ਆ ਜਾ। ਅਮਰਗੜ੍ਹ ਕਲੇਰਾਂ ਦਾ ਕਬੱਡੀ ਕੰਮ 22 ਜਨਵਰੀ ਨੂੰ ਇਸ ਸਾਲ ਕਰਵਾਇਆ ਜਾਊਗਾ, ਸਵਰਗੀ ਸੁਦਾਗਰ ਸਿੰਘ ਗਾਲ ਸੁਪਨ ਦੀ ਯਾਦ ਦੇ ਸਮਰਪਿਤ ਹੋਊਗਾ। 22 ਜਨਵਰੀ ਅਮਰਗੜ੍ਹ ਕਲੇਰਾਂ ਦਾ ਕਬੱਡੀ ਕੰਮ ਕਰਵਾਇਆ ਜਾਵੇਗਾ। ਮੰਗੀ ਖਾਨਪੁਰ, ਇੰਦਰ ਈਸੇਵਾਲ, ਮਾਨ ਜੱਟਪੁਰਾ, ਬੱਬੂ ਕਲੇਰ ਔਰ ਸੱਤੂ ਕਲੇਰ ਇਹਨਾਂ ਭਰਾਵਾਂ ਦੇ ਵੱਲੋਂ ਸੁਨੇਹਾ, 22 ਜਨਵਰੀ ਅਮਰਗੜ੍ਹ ਕਲੇਰਾਂ ਦਾ ਕਬੱਡੀ ਕੰਮ ਖੇਡਿਆ ਜਾਊਗਾ। ਇੱਕ ਬੇਨਤੀ ਹੈ ਪ੍ਰਬੰਧਕ ਵੀਰਾਂ ਦੇ ਅੱਗੇ ਸਤਿਕਾਰ ਸਹਿਤ, ਬਾਈ ਹੋਰ ਕੋਈ ਪਰਚੀ ਨਾ ਲੈ ਕੇ ਆਇਓ ਗਰਾਊਂਡ ਦੇ ਵਿੱਚ, ਜੇ ਕਬੱਡੀ ਕਰਾਉਣੀ ਹੈ ਇਹਨਾਂ ਰੁਪਈਆ ਖਰਚਿਆ ਤੁਸੀਂ ਟਰੈਕਟਰ ਦੇਣੇ ਹੈ, ਕਿੱਡੀ ਦੁਨੀਆ ਜਿਹੜੀ ਲਾਈਵ ਜੁੜੀ ਹੈ। ਹੁਣ ਗੱਲ ਆਪਾਂ ਕਬੱਡੀ ਦੀ ਕਰ ਰਹੀ ਹੈ ਤੇ ਬਹੁਤ ਵਧੀਆ ਗੱਲ ਹੋਊਗੀ, ਗਰਾਊਂਡ ਕਲੀਅਰ ਕਰ ਦਿਓ ਪਲੀਜ਼, ਮੇਰੀ ਹੱਥ ਬੰਨ ਕੇ ਬੇਨਤੀ ਆ, ਹੱਥ ਜੜਾ ਲਓ ਲੋਕਾਂ ਨੂੰ ਕਬੱਡੀ ਵਿਖਾ ਦਈਏ, ਗਰਾਊਂਡ ਕਲੀਅਰ ਕਰ ਦਿਓ, ਗਰਾਊਂਡ ਕਲੀਅਰ ਕਰ ਦਿਓ। ਭਾਵਨਾਵਾਂ ਨੂੰ ਸਮਝੋ, ਜਿਹੜੇ ਸਵੇਰ ਤੋਂ ਬੈਠੇ ਨੇ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝੀਏ। ਸਾਡੇ ਕੋਲੇ ਮੈਕਸ ਐਦਾ ਪਹੁੰਚੀ ਆ, ਗੁਰਿੰਦਰ ਸੱਤੋਵਾਲ, ਗੱਗੂ ਬੱਸੀਆਂ, ਜੱਗੂ ਕੈਨੇਡਾ, ਇਹਨਾਂ ਵੀਰਾਂ ਵੱਲੋਂ ਕਲਗੀਧਰ ਖੇਡ ਮੇਲੇ ਲਈ 2100 ਰੁਪਏ ਦੀ ਸੇਵਾ ਕਰਵਾਈ ਜਾ ਰਹੀ ਆ, ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਜੀ। ਸ਼ਕਰਪੁਰ ਦੀ ਟੀਮ ਜਿਹੜੀ ਹੈ ਸਾਰੀ ਸੁਪਰਸਟਾਰ ਬੀਸੀ, ਜਸਵੀਰ ਖਾੜਾ ਬੂਟਾ ਖੱਖ, ਬੌਬੀ ਕਾਲੋ, ਹੈਪੀ ਚੀਮਾ, ਲਸ਼ਰ ਬ੍ਰਦਰਸ ਅਮਰੀਕਾ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਮਨੂ ਸਾਡਾ ਵੀਰ ਹੰਸਰਾ ਆਸਟ੍ਰੇਲੀਆ, ਮਨੂ ਨੇ ਕਹਿੰਦੇ ਜਿੰਨੀਆਂ ਟੀਮਾਂ ਸੈਟਿੰਗ ਕੀਤੀ ਹੈ ਸਾਰੇ ਪਲੇਅਰ, ਭਾਵੇਂ ਮਾਝਾ, ਮਾਲਵਾ, ਦੁਆਬਾ, ਭਾਵੇਂ ਰੋਪੜ ਇਲਾਕਾ, ਬਹੁਤ ਇਲਾਕਾ ਹੈ, ਸਾਰੇ ਇਲਾਕੇ ਦੇ ਵੱਡੇ ਸਟਾਰਾਂ ਦੇ ਨਾਲ ਮਨੂ ਹੰਸਰੇ ਦਾ ਕਹਿੰਦੇ ਪਿਆਰ ਹੈ, ਜਿਹਦੇ ਪਿਆਰ ਕਰਕੇ ਖਾਸ ਤੌਰ ਤੇ ਸ਼ੀਲੂ ਤੇ ਆਇਆ ਹੀ ਆਇਆ ਹੈ, ਪਰ ਜਿੰਨੇ ਸਟਾਰ ਆਏ ਹੈ ਇਹ ਮਨੂ ਦੇ ਪਿਆਰ ਕਰਕੇ ਕਹਿੰਦੇ ਇਸ ਕਬੱਡੀ ਕੱਪ ਤੇ ਆਏ ਹੈ। ਇੱਕ ਪਾਸੇ ਸ਼ਕਰਪੁਰ ਦੀ ਟੀਮ, ਬੂਟੇ ਖੱਖ ਹੋਣਾ ਦੀ ਸਾਰੀ ਸੁਪਰ ਸਟਾਰ ਦੀ ਟੀਮ ਹੈ, ਔਰ ਲਸ਼ਰ ਬ੍ਰਦਰ ਦਾ ਅਮਰੀਕਾ ਵੱਲ ਦੀ ਵੀ ਕਹਿੰਦੇ ਵੱਡੀ ਸਪੋਰਟ ਹੈ, ਨਾ ਆਪਾਂ ਉਹਨਾਂ ਦੀ ਕਰਨੀ ਹੈ ਨਾ ਉਹਨਾਂ ਦੀ ਕਰਨੀ ਹੈ। 18 ਤਰੀਕ ਆ, 17:30 ਤੇ 18 ਨੰਬਰ ਦਾ ਮੈਚ ਖੇਡਿਆ ਜਾਊਗਾ, 17:30 ਤੇ 18 ਸੈਮੀ ਫਾਈਨਲ 12 ਫਰਵਰੀ ਨੂੰ ਸ਼ਕਰਪੁਰ ਦੇ ਵਿੱਚ ਜ਼ਰੂਰ ਪੁੱਜਾਂਗੇ, ਸੋਹਣਿਆ ਜ਼ਰੂਰ ਪੁੱਜਾਂਗੇ, ਸਾਰੇ ਪੁੱਜਣਗੇ। ਹਾਂਜੀ
सनी दे दो जफे 2000 दे गिंदी हंसरा ते गुरतेज दयाल वालों जग्गू हाकम आलिए दे दो जफे मीता सरपंच ते नाल चरणजीत बेल्जियम चढ़ती कला कबड्डी क्लब बेल्जियम वाले भरा मेरे वीरो कहते हैं भी आप माण करांगे 2100 दे नाल गुरतेज दयाल दे मामे ने मेरे मित्रों आओ सामने खेल मैदान दे विच वड्डा मैच कैमरे वाले भरावां नूं मेरी बेनती है इधरले पासे नूं आ जाओ हुण कैमरे वाले मेरे वीर या तो वीर एक पासे हो जाओ उधर हो जाओ ते जा इधर हो जाओ मेरा भरा बन के एक पासे हो जाओ मेरा वीर बन के क्योंकि दुनिया सवेर तो बैठी है आपां सवेर तो ग्राउंड ते काठी दिखाई जांदे आ कौडी तां मैं कहिंदा घट दिखाई है इधर वीर साडे कहिंदे मनु हंसरा आस्ट्रेलिया गुरप्रीत समरा आस्ट्रेलिया सर्व आस्ट्रेलिया शाहजी शकरपुरी दीआं पहलियां कंगरेटां जिहड़ियां है 2100 दीआं पैणगीआं है मेरी बेनती है प्रबंधक वीरां दे अगे सत्कार सहायता भाई हुण लिस्टां तुहाडीआं ज्यादा आ लगीआं ग्राउंड दे अंदर मलूक कबड्डी नहीं बोल होणी मलूक कोई नहीं कबड्डी बोलो लिस्टां रहण दो कबड्डी बोलो पानी पिया दी कबड्डी बोलो बिल्ले वीरे लिस्टां कोई नहीं ला तुहाडीआं जोरदार ताड़ियां दे विच मेरे वीरे कबड्डी दा उड्डना सप्प आ कबड्डी दा उड्डना सप्प कहिंदे खेड मैदान दे विच शहजाद अलवी दूजे पासे कहिंदे कलवीर जंडाणिया वाला ते ओ कमालपुरे वाले ओ आउट यारा के नहीं फिर क्या बात है जलाल वाला कहिंदे रोब च आ गया जलाल वाला भी कहिंदे ਐਰ ਜਦੋਂ ਬੋਲਦਾ ਤੇ ਮੇਰੇ ਵੀਰੇ ਦੁਨੀਆ ਜਿਹੜੀ ਹੈ ਸਵਾਦ ਲੈਂਦੀ ਹੈ ਖੇਡ ਕਬੱਡੀ ਦਾ ਬੋਰੀਆ ਸੀਸਰ ਵਾਲਾ ਹੈ ਬੜ ਕੇ ਕਬੱਡੀ ਪਾ ਰਿਹਾ ਹੈ ਪਿੰਡਰਾ ਵਾਲਿਆ ਹੈ ਬੰਨਾ ਚੰਨਾ ਇਲਾਕਾ ਆਹ ਵੇਖਦਾ ਵੀ ਹੁਣ ਕਿਹੜਾ ਜਾਸੀ ਲਾ ਕੇ ਜੱਸਾ ਐਨ ਗੱਲ ਬਣਾ ਲੂਗਾ ਫਰਿਆਦ ਤਿਆਰ ਹੈ ਆਹ ਫਰਿਆਦ ਹੈ ਫਕੀਰ ਹੁਸੈਨ ਦਾ ਪੁੱਤਰ ਦਗਾਲ ਦੇ ਬਿੱਟੂ ਵਰਗਾ ਜਾਸੀ ਦੁਨੀਆ ਗੱਲਾਂ ਕਰਦੀ ਹੈ ਵੀ ਆ ਵੀ ਦਗਾਲ ਦੇ ਬਿੱਟੂ ਵਰਗਾ ਜਾਸੀ ਹੈ ਪਰ ਅਗਲੀ ਕਬੱਡੀ ਦੀਪਕ ਆ ਗਿਆ ਦੀਪਕ ਕਾਸ਼ੀਪੁਰੀ ਹੈ ਲਓ ਦੀਪਕ ਕਾਸ਼ੀਪੁਰੀਆ ਦੇਵੀ ਤਿਆਲ ਜੀ ਦਾ ਚੰਡਿਆ ਹੋਇਆ ਖਿਡਾਰੀ ਆਪ ਸਾਹਮਣੇ ਕੋਪਿਆਂ ਦੀਆਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਕੀਤੀ ਮਿਹਨਤ ਇਸ ਵੇਲੇ ਦੀਪਕ ਦੀ ਪਈ ਹੋਈ ਰੇਣ ਆ ਜੋੜੀ ਕਹਿੰਦੇ ਪ੍ਰਸਿੱਧ ਹੈ ਕਲਵੀਰ ਤੇ ਜੱਗੂ ਦੀ ਜੋੜੀ ਇੰਦਰਜੀਤ ਤੇ ਫਰਿਆਦ ਦੀ ਜੋੜੀ ਲਓ ਸਾਹਮਣੇ ਇਸ ਵੇਲੇ ਲੱਗੂ ਜਫਾ ਕੇ ਨਹੀਂ ਆ ਸਾਹਮਣੇ ਦੀਪਕ ਫਰੀਦਾਬਾਦ ਇਲਾਕੇ ਦਾ ਖਿਡਾਰੀ ਇਹ ਹੈ ਕਾਸ਼ੀਪੁਰੀਆ ਦੀਪਕ ਮੇਰੇ ਵੀਰਿਓ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਨੰਬਰ ਦਾ ਵਾਅਦਾ ਕਰਦਾ ਹੋਇਆ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਪਾਪਰੀਏ ਰਕੇਸ਼ ਦੀ ਪੈ ਚੁੱਕੀ ਹੈ ਕਾਲੇ ਸੰਗਿਆਂ ਵਾਲੇ ਦੇ ਦੋ ਜੱਫੇ ਗਿੰਦੀ ਹੰਸਰਾ ਗੁਰਤੇਜ ਦਿਆਲ ਮਨਪ੍ਰੀਤ ਦਿਆਲ ਦੀ ਯਾਦ ਦੇ ਵਿੱਚ ਵੱਡੇ ਮਾਣ ਕਰਨਗੇ ਲਓ ਪਾਪਰੀਏ ਰਕੇਸ਼ ਦੀ ਪਈ ਹੋਈ ਰੇਡ ਕਮਾਲਪੁਰੇ ਦਾ ਖੇਡ ਮੇਲਾ ਅੱਜ ਗੂੰਜਦਾ ਹੈ ਮੇਰੇ ਵੀਰਿਓ ਅੱਜ ਗੂੰਜਦਾ ਹੈ ਸ਼ਾਦੀ ਦੀਆਂ ਤਿੰਨ ਕਬੱਡੀਆਂ ਦਵਿੰਦਰ ਕਨੇਡਾ ਬੱਗਾ ਕਨੇਡਾ ਦੀਪਾ ਇਟਲੀ ਰਾਜੀ ਹੰਸਰਾ ਤੇ ਪੰਮੇ ਹੰਸਰਾ ਵੱਲੋਂ 3100 ਦੀਆਂ ਬਿੱਲਿਆਂ ਪਵਾਦੇ ਨੌਜਵਾਨ ਹਾਂ 3100 ਦੀਆਂ ਇਹਨਾਂ ਭਰਾਵਾਂ ਦੇ ਵੱਲੋਂ ਤੇ 2100 ਪਹਿਲਾਂ ਬੋਲਿਆ ਗਿਆ ਮਨੂ ਹੰਸਰਾ ਗੁਰਪ੍ਰੀਤ ਸਮਰਾ ਸਰਬ ਆਸਟ੍ਰੇਲੀਆ 2100 ਦੀਆਂ ਇਹਨਾਂ ਵੱਲੋਂ ਰੇਡਾਂ ਤਿੰਨ ਬੋਲੀਆਂ ਗਈਆਂ ਦੂਜੀ ਕਬੱਡੀ ਪੈ ਚੁੱਕੀ ਹੈ ਜਟਾਣਿਆਂ ਦਾ ਕਲਵੀਰ ਤਿਆਰ ਹੈ ਹੱਕ ਬੜੀਏ ਜੱਗੂ ਕਹਿੰਦੇ ਉੱਡਦੇ ਪਰਿੰਦੇ ਹੀ ਲਾਉਣਾ ਬੇਬੀਓ ਉੱਡਦੇ ਪਰਿੰਦੇ ਹੀ ਲਾਉਣਾ ਹੈ ਉੱਡਦੇ 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 ਪਰਿੰਦੇ ਹੀ ਲਾਉਣਾ ਹੈ ਉੱਡਦੇ ਪਰਿੰਦੇ ਹੀ ਲਾਉਣਾ ਹੈ ਆਹ ਵੇਖਦੇ ਵੀ ਮੈਦਾਨ ਦੇ ਅੰਦਰ ਉੱਡਦੇ ਪਰਿੰਦੇ ਲਾ ਗਿਆ ਆਹ 3100 ਸਾਹਿਬ ਉਹ ਮੁੰਡਿਆ ਆਹ 3100 ਸਾਹਿਬ ਲੈ ਵੀ ਸਰਪੰਚਾ ਸਤੀਸ਼ ਸਾਹਿਬ ਨੌਜਵਾਨਾਂ 3100 ਉਹ ਕਮਾਲਪੁਰੇ ਵਾਲਿਓ ਕੀ ਹਾਲ ਚਾਲ ਆ ਕੋਈ ਗੱਲ ਨਹੀਂ ਸਾਰੇ ਹੁਣ ਸੈੱਟ ਹੈ ਮੇਰਾ ਵੀਰ ਬਣ ਕੇ ਹੁਣ ਇਦਾਂ ਇਦਾਂ ਨਾ ਕਰੋ ਡਿਸਟਰਬੈਂਸ ਹੋ ਜਾਂਦੀ ਹੈ ਦੁਨੀਆ ਨੂੰ ਲੈ ਲੈਣ ਦਿਓ ਸਵਾਦ ਲੈ ਵੀ ਬੱਬੂ ਵੀਰ ਇਧਰਲੇ ਪਾਸੇ ਬਿਠਾ ਲਈ ਵੀਰਾਂ ਨੂੰ ਆਹ ਸਾਹਮਣੇ ਭੂਰੀਆ ਇੱਕ ਪਾਸੇ ਗੁਰਦਿਆਲ ਸਿੰਘ ਉਰਫ ਬੱਬੂ ਭਿੰਡਰਾਂ ਵਾਲਾ ਸ਼ੀਰਾ ਭਿੰਡਰ ਬੰਤਾ ਭਿੰਡਰ ਕਹਿਲਾ ਭਿੰਡਰ ਸਮੇਂ ਸਮੇਂ ਤੇ ਗੱਲਾਂ ਹੋਈਆਂ ਔਰ ਮੇਰੇ ਵੀਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਦੀਪਕ ਕਾਸ਼ੀਪੁਰੀਏ ਦੀ ਕਾਸ਼ੀਪੁਰੀਏ ਦੀਪਕ ਨੇ ਕਬੱਡੀ ਪਾਈ ਹੈ ਜਿਹਨੂੰ ਪਾਇਆ ਹੱਥ ਨਹੀਂ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਜਿਹੜੇ ਮੋਢਾ ਤੁਸੀਂਗੇ ਥੁੱਕਦੇ ਮੁੱਠੀਆਂ 'ਚ ਮੀਚੇ ਹੋਏ ਹੈ ਸਰਕਾਰ ਨੇ ਰਿਕਾਰਡ ਪੈਦਾ ਕੀਤੇ ਹੋਏ ਹੈ ਅੱਜ ਰਿਕਾਰਡ ਟੁੱਟਣੇ ਹੈ ਅੱਜ ਰਿਕਾਰਡ ਬਣਨੇ ਹੈ ਅੱਜ ਕੌਣ ਬੱਲੇ ਬੱਲੇ ਲੱਗੇ ਜਾਊਗਾ ਨਾ ਟਗੇਰਾ ਟਰੈਕਟਰ ਅੱਜ ਕਿੱਧਰ ਜਾਂਦੇ ਹੈ ਸ਼ਕਰਪੁਰੀਆ ਹੱਸਦਾ ਹੈ ਅੱਜ ਕਿਹੜਾ ਲਾ ਲਾ ਕੇ ਜੱਫੇ ਐਨ ਦੁਨੀਆ ਨੂੰ ਚਾ ਕੇ ਜਾਂਦਾ ਹੈ ਬੋਪੁਰੀਏ ਰਕੇਸ਼ ਨੇ ਕਹਿੰਦੇ ਬੜ ਕੇ ਕਬੱਡੀ ਪਾਈ ਹੈ ਕਿ ਖੇਡ ਦੇ ਮੈਦਾਨ 'ਚ ਪਤੰਗ ਬਣ ਉੱਡਦਾ ਤਕੜੇ ਜਾਫੀਆਂ ਤੋਂ
ਘਾਟੀ ਹੀ ਰੁਕਦਾ ਤਕੜੇ ਦੀ ਜਾਫੀਆਂ ਤੋਂ ਘਾਟੀ ਹੀ ਰੁਕਦਾ ਤਕੜੇ ਜੇ ਜਾਫੀਆਂ ਤੋਂ ਘੱਟ ਹੀ ਰੁਕਦਾ ਕਾਕਾ ਫਰਿਆਦ ਕਾਕਾ ਫਰਿਆਦ ਆ ਹੈ ਗੁਰਦਿਆਲ ਬੱਬੂ ਪਿੰਡਰਾਂ ਵਾਲਾ ਲਾ ਤਕੜਾ ਜੱਫਾ ਉਹ ਕਮਾਲਪੁਰੇ ਵਾਲੇ ਤਾੜੀਆਂ ਤੂੜੀਆਂ ਬਾਰੇ ਕੀ ਖਿਆਲ ਹੈ ਲੁਧਿਆਣੀਆਂ ਹਾਂ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਲੈ ਵੀ ਜੱਗੂ 21 ਤੋਂ 31 31 ਤੋਂ 5100 ਕਰਦਾ ਗੁਰਤੇਜ ਦਿਓਲ ਕਹਿੰਦਾ ਮਾਮਿਆਂ ਵੱਲੋਂ ਮਾਣ ਕਰਦੇ ਮੀਤਾ ਤੇ ਚਰਨਜੀਤ ਹੋਣਾ ਵੱਲੋਂ ਫਰਵਾਹੀ ਵਾਲਾ ਵੱਲੋਂ ਮੇਰੇ ਵੀਰੋ ਮਾਣ ਹੋਣਗੇ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ਹਿਯਾਦ ਅਲੀ ਚਾਰ ਜਾਫੀ ਨੇ ਇੱਕ ਪਾਸੇ ਹੱਕ ਵਾਲੀਆ ਜੱਗੂ ਹੈ ਆਓ ਚਟਾਣਿਆਂ ਵਾਲਾ ਆਓ ਚਟਾਣਿਆਂ ਵਾਲਾ ਹੈ ਲੈ ਵੀ ਕਿੰਦੀ ਦੇ 2000 ਰੁਪਇਆ ਜੱਫੇ ਤੋਂ ਖੁਸ਼ ਹੋ ਕੇ ਨੌਜਵਾਨ ਹੈ ਆ ਨੌਜਵਾਨ ਗੱਭਰੂ ਨੂੰ ਸਵਾਗਤ ਦੇ ਗੁਰਤੇਜ ਦਿਓਲ ਤੇ ਗਿੰਦੀ ਹੰਸਰਾ ਮਨਪ੍ਰੀਤ ਦਿਓਲ ਦੀ ਯਾਦ ਦੇ ਵਿੱਚ 2000 ਰੁਪਇਆ ਸੀ ਜੱਫੇ ਆਏ ਕਿਸੋ ਪਰਦਾ ਕਰ ਲਓ ਜੀ ਬੜੀ ਮਿਹਰਬਾਨੀ ਹੋਊਗੀ ਸਾਡੇ ਵੀਰ ਮਨੂ ਹੰਸਰਾ ਆਸਟ੍ਰੇਲੀਆ ਗੁਰਪ੍ਰੀਤ ਸਮਰਾ ਆਸਟ੍ਰੇਲੀਆ ਸਰਬਾ ਆਸਟ੍ਰੇਲੀਆ ਤਿੰਨ ਰੇਡਾਂ ਤੇ ਲੱਗਿਆ ਸੀਗਾ ਸਾਜੀ ਨੂੰ ਜਿਹੜਾ ਜੱਫਾ ਲੱਗ ਚੁੱਕਾ ਹੈ 2100 ਵੀਰਾਂ ਨੇ ਪੁਰਦਾ ਕੀਤਾ ਵਾਹ ਪੂਰੀਆ ਸ਼ੀਸ਼ਰ ਵੜ ਕੇ ਕਬੱਡੀ ਪਾ ਰਿਹਾ ਹੈ ਹੁਣ ਕਿਹੜਾ ਜਾਸੀ ਲਗਾਈ ਮਾਰਦਾ ਹੈ ਕਿਹੜਾ ਮੇਲਾ ਨਚਾਉਂਦਾ ਹੈ ਕਮਾਲਪੁਰੇ ਦੇ ਵਿੱਚ ਐਨ ਧੱਕ ਪਈ ਹੋਈ ਹੈ ਕੱਲੀ ਕੱਲੀ ਰੇਡ ਵੇਖਣ ਵਾਲੀ ਹੈ ਕੱਲੀ ਕੱਲੀ ਰੇਡ ਵੇਖਣ ਵਾਲੀ ਹੈ ਨਾਮ ਸਿਕੰਦਰ ਕੀ ਹੈ ਪੁਸਤਾ ਚੈੱਕ ਕਰਨੀ ਉੱਡਣਾ ਬਹੁਤਾ ਸਰ ਧਰਤੀ ਤੇ ਲਾ ਲਾਂਗੇ ਖਾਲੀ ਹੱਥੇ ਜਾਣਾ ਇੱਥੋਂ ਸਾਰਿਆਂ ਨੇ ਇੱਕ ਵਾਰੀ ਤੇ ਦੁਨੀਆ ਬਾਣੀ ਪਾ ਲਾਂਗੇ ਇੱਕ ਵਾਰੀ ਤੇ ਦੁਨੀਆ ਬਾਣੀ ਪਾ ਲਾਂਗੇ ਲੈ ਵੀ ਬੇਲੀਏ ਲੱਲੀਆਂ ਵਾਲਿਆ ਆਹ ਦੇਖ ਲੈ ਹਾਕਮ ਵਾਲੀਆ ਜੱਗੂ ਆਹ ਹਾਕਮ ਵਾਲੀਆ ਜੱਗੂ ਜੱਗੂ ਕਹਿੰਦਾ ਵੀ ਜੱਫਾ ਤੇ ਅੱਜ ਏਦਾਂ ਹੀ ਲੱਗੂ ਜੱਗੂ ਵਾਲੀਆ ਜੱਗੂ ਦਾ ਜੱਫਾ ਹੈ ਮੇਰੇ ਵੀਰੇ ਕਮਾਲ ਹੋ ਗਿਆ ਇੱਕ ਹੋਰ ਲਾਵੇ 5100 ਤੋਂ ਗੱਲ 7100 ਤੇ ਪੁੱਜੂਗੀ ਸ਼ੇਰਪ੍ਰੀਅ ਸੁੱਖੇ ਨੇ ਵੀ ਨੌਜਵਾਨਾਂ ਮਾਇਆ ਦੇ ਗੱਫੇ ਪੁੱਜਦੇ ਕਰ ਦਿੱਤੇ ਐ ਗੁਰਤੇਜ ਹੋਣੀ ਗਿੰਦੀ ਹੋਣੀ ਬਾਵਾ ਸਾਰੇ ਪੈਸੇ ਫੜਾ ਗਿਆ ਕਹਿੰਦੇ ਮਾਣ ਕਰਦੀ ਸੀ ਵਾਰ ਵਾਰ ਨਹੀਂ ਆਉਣਾ ਗਰਾਊਂਡ ਦੇ ਵਿੱਚ ਆਓ ਸਾਹਮਣੇ ਮੇਰੇ ਵੀਰਿਓ ਰਕੇਸ਼ ਬਾਪਰੀਏ ਦੀ ਪਈ ਹੋਈ ਰੇਡ ਜਿੱਧਰੋਂ ਵੀ ਜੱਫਾ ਲੱਗੂਗਾ 2000 ਲਓ ਰਕੇਸ਼ ਦੀ ਰੇਡ ਸਨੀ 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 ਹੈ ਕਾਰੇ ਸੰਗੇ ਪਿੰਡ ਵਾਲਾ ਮੇਰੇ ਵੀਰਿਓ ਸਨੀ ਹੈ ਕਾਰੇ ਸੰਗੇ ਪਿੰਡ ਵਾਲਾ ਸਨੀ ਸਨੀ ਸੰਗੇ ਵਾਲਾ ਸਨੀ 2000 ਗੁਰਤੇਜ ਦਿਓਲ ਗਿੰਦੀ ਹੰਸਰਾ ਇੰਦਰ ਮਾਂਗਟ ਅਰਸ਼ ਖੱਖ ਲਵ ਖੱਖ ਪਿੰਡਾ ਖੈਰਾ ਤੇ ਨਾਲ ਸੁਖਰ ਸ਼ੇਰਪੁਰੀਆ ਲਓ ਸ਼ਾਜੀ ਆ ਗਿਆ ਕਬੱਡੀ ਪਾਉਣ ਹੁਣ ਕਿਹੜਾ ਜਾਸੀ ਲਾਉਂਦਾ ਜੱਸਾ ਜੀ ਟਾਣੇ ਦਾ ਕੁਲਵੀਰ ਪਰ ਸ਼ਾਜੀ ਮੇ ਵੀਰੋ ਉੜਨਾ ਸਭ ਕਬੱਡੀ ਦਾ ਅੰਕ ਟੀਮ ਦੇ ਖਾਤੇ ਜੋੜ ਗਿਆ ਹੈ ਕਾਲਾ ਠੇਕੇਦਾਰ ਗੁੱਜਰ ਖੁਸ਼ ਬੱਚੀਆਂ ਜੀ ਕਹਿੰਦੇ ਵੀ 500 ਦੇਵਾਂਗੇ ਫਰਿਆਦ ਜਿੰਨੇ ਜੱਫੇ ਲਾਊਗਾ ਆ ਪੂਰੀਆ ਸ਼ੀਸ਼ਰ ਵਾਲਾ ਲਾ ਪੂਰੀਆ ਸ਼ੀਸ਼ਰ ਵਾਲਾ ਟੇਕਿਆ ਧਰਤੀ ਮਰ ਮੱਥਾ ਹੈ ਅੜਦੇ ਕਹਿੰਦੇ ਸਵਾਦ ਆਈ ਜਾਂਦਾ ਹੈ ਸਵਾਦ ਜਾਈ ਜਾਂਦਾ ਹੈ ਸਵਾਦ ਆਈ ਜਾਂਦਾ ਹੈ ਸਵਾਦ ਆਈ ਜਾਂਦਾ ਹੈ ਸਵਾਦ ਜਾਈ ਜਾਂਦਾ ਹੈ ਮਨੂ ਹੰਸਰਾ ਹੈ ਇਹ ਤਾਂ ਸਰਬਾ ਆਸਟ੍ਰੇਲੀਆ ਹੈ ਔਰ ਗੁਰਪ੍ਰੀਤ ਆਸਟ੍ਰੇਲੀਆ ਹੈ ਇਹ ਮਾਇਆ ਕੋਲ ਹੀ ਰੱਖਿਓ ਬਾਈ ਜੀ ਅਸੀਂ ਨਾਮ ਹੀ ਬੋਲ ਸਕਦੇ ਹਾਂ ਹੈ ਨਹੀਂ ਨਹੀਂ ਉਹ ਤੁਸੀਂ ਕੋਲ ਹੀ ਰੱਖੋ ਦੀਪਕ 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 ਕਾਸ਼ੀਪੁਰੀਆ ਹਰਿਆਣੇ ਦੀ ਧਰਤੀ ਤੋਂ ਆਇਆ ਹੋਇਆ ਮੇਰੇ ਵੀਰੋ ਅੱਜ ਪੰਜਾਬ ਦਾ ਮੇਲਾ ਬਣਾਉਣ ਦੇ ਲਈ ਸੁਰਖਪੁਰ ਦੇ ਬਾਹੂ ਅਕਬਰਪੁਰ ਜਲਦੀ ਦੇ ਨਾਲ ਪੁੱਜ ਜਾਣ ਆ ਪਹਿਲਾ ਸੈਮੀ ਫਾਈਨਲ ਹਾਕ ਮਾਰੀਆ ਜੱਗੂ ਜੇ ਦੂਜਾ ਲਾ ਗਿਆ 7100 ਕੇ ਮਾੜੀ ਜਲਦੀ ਗਿੱਟੀ ਕੋਲੇ ਬਰੋ ਪਿੰਡਿਆਂ ਦੇ ਵਿੱਚ ਪਿੰਡ ਕੋਲੇ ਮੁੰਡੇ ਸੈਨੇ ਤੇਰੇ ਸ਼ਹਿਰਾਂ ਦੇ 7100 ਦਾ ਜੱਫਾ ਲੱਗਿਆ ਮੇਰੇ ਵੀਰੋ ਚਰਨਜੀਤ ਮੀਤਾ ਬੈਲਜੀਅਮ ਸੁੱਖਾ ਸ਼ੇਰਪੁਰਾ ਗਿੰਦੀ ਹੰਸਰਾ ਤੇ ਨਾ ਗੁਰਤੇਜ ਦਿਓਲ ਹੋਣਾ ਵੱਲੋਂ ਇਹ ਮਾਣ ਨੇ ਲਾਗ ਦੀ ਕਬੱਡੀ ਪੂਰੀ ਸ਼ੀਸ਼ਰ ਫਿਰ ਆ ਗਿਆ ਹੈ ਸਰਬਾ ਦਿਓਲ ਕਹਿੰਦਾ ਹੈ ਔਰ ਮੇਰੇ ਵੀਰੋ ਸਾਡੇ ਵੀਰ ਜਿੰਨੇ ਵੀ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਯੋਗਦਾਨ ਪਾ ਰਹੇ ਹੈ ਮਨੂ ਹੰਸਰਾ ਹੈ ਔਰ ਸਰਬਾ ਆਸਟ੍ਰੇਲੀਆ ਹੈ ਗੁਰਪ੍ਰੀਤ ਹੈ ਸਾਡਾ ਵੀਰ ਇਹ ਕਹਿੰਦੇ ਜੇ ਇੱਧਰ ਹੁਣ ਜੱਫਾ ਲੱਗ ਗਿਆ 1000 ਦੇ ਮਾਣ ਹੋਣਗੇ ਭਾਵੇਂ ਸ਼ਕਰਪੁਰੀਏ ਜੱਫਾ ਲਾ ਜਾਣ ਭਾਵੇਂ ਹਾਕਮ ਵਾਲੀਏ ਜੱਫਾ ਲਾਉਂਦੇ ਹੈ ਪਰ ਜੱਫੇ ਦਾ ਹਜ਼ਾਰ ਤਾਂ ਜਾਊਗਾ ਲਓ ਸ਼ਾਜੀ ਨੇ ਕਬੱਡੀ ਪਾਈ ਹੈ ਫਕੀਰ ਹੁਸੈਨ ਦਾ ਪੁੱਤਰ ਜੱਗੂ ਤਿਆਰ ਹੈ ਕੁਲਵੀਰ ਤਿਆਰ ਹੈ ਹੁਣ ਕਿਹੜਾ ਜਾਫੀ ਲਾਉਂਦਾ ਜੱਫਾ ਜਟਾਣਿਆਂ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਕਰਨ ਦੋ ਹੱਥ ਇੱਕ ਪਾਸੇ ਖੇਡ ਕਬੱਡੀ ਦਾ ਉੱਡਣਾ ਸੱਪ ਕੁਲਵੀਰ ਕਿਆ ਬਾਤ ਹੈ ਮੁੰਡੇ ਸੈਨੇ ਤੇਰੇ ਸ਼ਹਿਰਾਂ ਦੇ ਮੇਰਾ ਟਿੱਬਿਆਂ ਵਿੱਚ ਪਿੰਡ ਕੁੜੇ ਮਾੜੀ ਜਲਦੀ ਖਿੰਡ ਕੁੜੇ ਮੁੰਡੇ ਸੈਨੇ ਤੇਰੇ ਸ਼ਹਿਰਾਂ ਦੇ ਉਹ ਕਮਾਲਪੁਰੇ ਵਾਲਿਓ ਕੀ ਹਾਲ ਚਾਲ ਆ ਅੱਜ ਆਉਂਦਾ ਰਹਿ
ਚਾਉਂਦਾ ਰਹਿ ਜੁਗ ਜੁਗ ਜੀ ਸੋਹਣਿਆ ਜਵਾਨੀਆਂ ਮਾਣ ਜਵਾਨੀਆਂ ਮਾਣ ਪਾਪਰੀਆ ਰਕੇਸ਼ ਕਾਕਾ ਕਾਕੇ ਨੂੰ ਸੰਘੇੜਿਆਂ ਦੇ ਮੇਲੇ ਤੇ 11 ਤਰੀਕ ਨੂੰ ਜੱਸੀ ਬੈਲਜੀਅਮ ਸਰਬਾ ਬੈਲਜੀਅਮ ਤੇ ਨਾਲ ਮੇਰੇ ਵੀਰੋ ਲੱਕੀ ਹੋਣੀ ਕਹਿੰਦੇ ਆ ਵੀ ਬੁਲਟ ਮੋਟਰਸਾਈਕਲ ਦੇ ਨਾਲ ਹਰਵੀਰ ਹੋਣੀ ਮੇਰੇ ਵੀਰੋ ਸਾਰੇ ਭਰਾ ਹੈਰੀ ਹੋਣੀ ਮਾਣ ਕਰਨਗੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਰੱਕੇ ਸੋਰੀ ਮੇਰੇ ਵੀਰੋ ਦੀਪਕ ਦੀ ਕਾਸ਼ੀਪੁਰੀਆ ਦੀਪਕ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜੋ ਤੀਰ ਨਿਸ਼ਾਨੇ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਤਾਵੀਆਂ ਦੇ ਵਾਰ ਹੈ ਬੇਕੀ ਧਾਲੀਵਾਲ ਦੇ ਨਾਲ ਰਾਜੂ ਹਸਰਾ ਕਹਿੰਦੇ ਵੀ ਜੇ ਜੱਗੂ ਇੱਕੋ ਜਿਫਾ ਲਾਉਂਦਾ ਤੇ ਹਜ਼ਾਰ ਤਾਂ ਜਾਊਗਾ ਬੋਰੀਆ ਸੀਸਰ ਜਿਹਦੀ ਕੋਈ ਡਿਊਟੀ ਨਹੀਂ ਭਾਈ ਗਰਾਊਂਡ ਤੋਂ ਬਾਹਰ ਹੀ ਸਾਈਡ ਰਿਹੋ ਬੜੀ ਮਿਹਰਬਾਨੀ ਹੋਊਗੀ ਜਿਹਦੀ ਕੋਈ ਡਿਊਟੀ ਨਹੀਂ ਗਰਾਊਂਡ ਤੋਂ ਬਾਹਰ ਹੀ ਸਾਈਡ ਰਿਹੋ ਲਓ ਅਗਲੀ ਕਬੱਡੀ ਪੂਰੀਆ ਸ਼ੀਸ਼ਰ ਪਾ ਰਿਹਾ ਫਰਿਆਦ ਤਿਆਰ ਹੈ ਭਿੰਡਰਾਂ ਵਾਲਾ ਤਿਆਰ ਹੈ ਪੱਟੀ ਖੁੱਚ ਜੱਫਾ ਲੱਗਾ ਕਿ ਨਹੀਂ ਇਸ ਸਮੇਂ ਦੀ ਕੀ ਬਾਤ ਮੇਰੇ ਵੀਰੋ ਔਰ ਅੰਕ ਡਬਲ ਟੱਚ ਰਨ ਨੰਬਰ ਰੇਟਰ ਦਾ ਨੰਬਰ ਭੂਰੀਏ ਦਾ ਨੰਬਰ ਭੂਰੀਏ ਦਾ ਗਰਾਊਂਡ ਨੂੰ ਥੋੜਾ ਕਲੀਅਰ ਰੱਖੀਏ ਗਰਾਊਂਡ ਨੂੰ ਥੋੜਾ ਕਲੀਅਰ ਰੱਖੀਏ ਮੇਰੇ ਵੀਰੋ ਆਓ ਸਾਹਮਣੇ ਫਰਿਆਦ ਦਾ ਵੀਰ ਇਸ ਵੇਲੇ ਸ਼ਹਿਯਾਦ ਅਲੀ ਕਬੱਡੀ ਦਾ ਉੱਡਣਾ ਸੱਪ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਦੀਪਾ ਚਰਨਜੀਤ ਬੈਲਜੀਅਮ ਮੀਤਾ ਬੈਲਜੀਅਮ ਜਿਹਨਾਂ ਦਾ ਸਰਵਾਹੀ ਪਿੰਡ ਹੈ ਔਰ ਭੀਰੀ ਬੈਲਜੀਅਮ ਇਹਨਾਂ ਬੋਲਣ ਨੂੰ ਸਤਿਕਾਰ ਭੇਜਦੇ ਬੜਾ ਧੰਨਵਾਦ ਹੈ ਇੱਕ ਮਰ ਮੇਰੀ ਗੱਲ ਸੁਣੀ ਜੇ ਤਾਂ ਡਿਸਟਰਬ ਕਰਨਾ ਫਿਰ ਮੈਂ ਤਾਂ ਚੱਲਿਆ ਜੇ ਕੌਡੀ ਬੁਲਾਉਣੀ ਹੈ ਫਿਰ ਮੈਂ ਇੱਥੇ ਖੜਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਯਾਰ ਲੋਕਾਂ ਨੂੰ ਕਬੱਡੀ ਬੋਲਣ ਦਿਓ ਆ ਕੇ ਯਾਰ ਡਿਸਟਰਬ ਹੋ ਜਾਂਦੇ ਆ ਯਾਰ ਦੁਨੀਆ ਜੁੜੀ ਹੋਈ ਹੈ ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰਾ ਕਿਸੇ ਨੂੰ ਕਹਿਣ ਨੂੰ ਜੀ ਨਹੀਂ ਕਰਦਾ ਲੋਕ ਖੁੱਬੇ ਪਏ ਆ ਮੈਚ ਦੇ ਵਿੱਚ ਓਏ ਆ ਵੀਰ ਮੇਰੇ ਸਟੇਜ ਨਹੀਂ ਵੀ ਥੋੜੀ ਕਲੀਅਰ ਕਰਾ ਦਿਓ ਸਟੇਜ ਤੇ ਕੁਛ ਨਹੀਂ ਦਿਸਦਾ ਜੀ ਬੜਾ ਧੰਨਵਾਦ ਸਟੇਜ ਨਹੀਂ ਜ਼ਰੂਰ ਕਿਰਪਾ ਕਰੋ ਮਗਰ ਕਿਸੇ ਨੂੰ ਕੁਛ ਨਹੀਂ ਦਿਸਦਾ ਹੁਣ ਪਤਾ ਹੀ ਹੈ ਵੀ ਕਬੱਡੀ ਕਰਾ ਕੌਣ ਰਿਹਾ ਹੈ ਇਹਨਾਂ ਰੁਪਈਆ ਖਰਚਿਆ ਤੁਸੀਂ ਥੋੜਾ ਬੜਾ ਇਹਨਾਂ ਨੂੰ ਤੁਸੀਂ ਇੰਨੀ ਮਾਇਆ ਦਿੱਤੀ ਹੈ ਲੱਖਾਂ ਰੁਪਈਆ ਤੁਸੀਂ ਮੂੰਹ ਮੰਗੇ ਰੁਪਈਏ ਦਿੱਤੇ ਹੈ ਆ ਦੁਨੀਆ ਤੁਹਾਡੀ ਕਬੱਡੀ ਵੇਖਣ ਆਈ ਹੈ ਹਰਪਿੰਦਰ ਜਲਾਲ ਬਾਰ ਬਾਰ ਤੁਹਾਨੂੰ ਰਿਕੁਐਸਟ ਕਰ ਰਿਹਾ ਸਾਡਾ ਵੀਰ ਨਾ ਬੋਲਣੀ ਜ਼ਰੂਰੀ ਹੈ ਬਾਈ ਪਰ ਸਵੇਰ ਤੋਂ ਲੈ ਕੇ ਨਾ ਬੋਲੀ ਜਾਂਦੇ ਹੈ ਹੁਣ ਇੱਕ ਬੇਨਤੀ ਹੈ ਸੈਮੀ ਫਾਈਨਲ ਹੈ ਆਪਾਂ ਗੱਲ ਕਬੱਡੀ ਦੀ ਕਰ ਲਈਏ ਖੇਡ ਕਬੱਡੀ ਦੇ ਨਾਲ ਦੀਪਕ ਤੇ ਦੀਪਕ ਤੇ ਦੀਪਕ ਤੇ ਦੀਪਕ ਤੇ ਆਓ ਚਟਾਣਿਆਂ ਵਾਲਾ ਆ ਚਟਾਣਿਆਂ ਵਾਲਾ ਆ ਜਟਾਣਿਆਂ ਵਾਲਾ ਹੁਣ ਦੇ ਪੈਸੇ ਜਿੰਨੇ ਦੇਣੇ ਆ ਮੇਰੇ ਵੀਰੇ ਹੁਣ ਆਉ ਸਵਾਦ ਆ ਦੇ ਵੀ ਮੁੰਡਿਆ ਇਧਰਲੇ ਪਾਸੇ ਮਿਲਿਆ ਬੋਲ ਬਾਈ ਵੱਲੋਂ ਇਧਰ ਗਿੰਦੀ ਹੰਸਰਾ ਸੁੱਖਾ ਸ਼ੇਰਪੁਰਾ ਤੇ ਨਾਲ ਮੇਰੇ ਵੀਰੋ ਗੁਰਤੇਜ ਦਿਓਲ ਵੱਲੋਂ ਇਹ 1000 ਰੁਪਏ 2000 ਰੁਪਏ ਮਨੋ ਹੰਸਰਾ ਸਰਬਾ ਆਸਟ੍ਰੇਲੀਆ ਗੁਰਪ੍ਰੀਤ ਆਸਟ੍ਰੇਲੀਆ ਭਰਾ ਸਾਡੇ ਕਹਿੰਦੇ ਆ ਵੀ 2000 ਦੇ ਦਿਓ ਜਾਫੀ ਨੂੰ ਲਓ ਅਗਲੀ ਕਬੱਡੀ ਮੈਦਾਨ ਦੇ ਅੰਦਰ ਰੇਡ ਪਈ ਹੋਈ ਹੈ 30 ਸਕਿੰਟ ਧਾਵੀ ਦੇ ਕੋਲ ਹੁਣ ਕਿਹੜਾ ਜਾਫੀ ਲਾਉਂਦਾ ਜੱਫਾ ਕਿਹੜਾ ਕਮਾਲ ਕਰਦਾ ਹੈ ਧਰਦਾ ਤੌਰ ਤੇ ਹੱਥ ਕਾਲੇ ਸੰਘੇ ਬੜਾ ਸਨੀ 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 ਜਿਹੜੇ ਕਹਿੰਦੇ ਗੱਲ ਨਹੀਂ ਬਣੀ ਸਨੀ ਕਹਿੰਦਾ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਗੱਲ ਨਹੀਂ ਬਣੀ ਸਨੀ ਕਹਿੰਦਾ ਬਣਾ ਕੇ ਛੱਡਾਂਗੇ ਆ ਬਾਈ ਹੁਣ ਦੇ ਕੇ ਜਾ ਪੈਸੇ ਕਿੰਨੇ 2100 ਰੁਪਇਆ ਉਧਰ ਦੀਪੇ ਹੋਣਾ ਵੱਲੋਂ ਸਾਡੇ ਵੀਰਾਂ ਵੱਲੋਂ ਤੇ ਨਾਲ 2000 ਰੁਪਇਆ ਇੱਧਰ ਸੁੱਖਾ ਸ਼ੇਰਪੁਰਾ ਗੁਰਤੇਜ ਦਿਓਲ ਤੇ ਗਿੰਦੀ ਹੰਸਰੇ ਵੱਲੋਂ ਮਨੋ ਹੰਸਰੇ ਦੀਆਂ ਕਹਿੰਦੇ ਟੌਪ ਦੀਆਂ ਟੀਮਾਂ ਖੇਡ ਰਹੀਆਂ ਮੇਰੇ ਵੀਰੋ ਮਨੋ ਹੰਸਰੇ ਹੋਣਾ ਦਾ ਸਰਵੇ ਆਸਟ੍ਰੇਲੀਆ ਦਾ ਹੋਣਾ ਦਾ ਗੁਰਪ੍ਰੀਤ ਆਸਟ੍ਰੇਲੀਆ ਹੋਣਾ ਦਾ ਗੁਰਤੇਜ ਦਿਓਲ ਹੋਣਾ ਦਾ ਬਾਈ ਮਨਪ੍ਰੀਤ ਹੋਣਾ ਦਾ ਮਨਪ੍ਰੀਤ ਦਿਓਲ ਆਸਟ੍ਰੇਲੀਆ ਦੀ ਯਾਦ ਵਿੱਚ 69 ਟਿਕਟਾਂ ਦਿੱਤੇ ਜਾਣੇ ਹੈ ਅੱਜ ਕੌਣ ਜੇਤੂ ਬਣੂਗਾ ਇਹ ਸਮੇਂ ਦੀਆਂ ਬਾਤਾਂ ਹੈ ਕਿ ਗੱਲਾਂ ਬਾਤਾਂ ਕਰਕੇ ਕਾਬੂ ਸ਼ੇਰ ਕੱਢੇ ਆਉਣੇ ਨਾ ਇਹ ਦਿਨ ਤੱਕ ਦੇ ਲੋਕੋ ਮੁੜ ਕੇ ਫੇਰ ਆਉਣੇ ਨਾ ਰਸਤਾਰ ਚੌਂਕਣ ਜਹਾਜ਼ ਵਰਗੀ ਜਾਂ ਭਾਖੜੇ ਦਾ ਨੀਰ ਬਣਨਾ ਪੈਂਦਾ ਏ ਕੌਡੀ ਪੈਂਦੀ ਨੀ ਬਿਨਾਂ ਦਿਲ ਦੇ ਸਨਮਾਨ ਸੌਖੇ ਨੀ ਮਿਲਦੇ ਕਬੱਡੀ ਦੀ ਸ਼ਕੀਰ ਬਣਨਾ ਪੈਂਦਾ ਏ ਤੇ ਗੱਗੂ ਬੱਸੀਆਂ ਆ ਦੇ ਦਿਓ ਜੀ ਪੈਸੇ ਆ ਫੜਿਓ ਜਿਹੜਾ ਨੌਜਵਾਨ ਦੇ ਲਈ ਲਓ ਸ਼ਾਜੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸ਼ਾਜੀ ਸ਼ਾਜੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਨੇ ਬਾਹੂ ਅਕਮਰਪੁਰ ਤੇ ਸੁਰਖਪੁਰ ਤਿਆਰ ਨੇ ਆ ਪੈਸੇ ਤਾਂ ਲੈ ਜਾਓ ਕਿਹਦੇ ਆ ਮੇਰੇ ਵੀਰੋ ਸਨੀ ਦੇ ਲਈ ਆਏ ਆ ਆਓ ਸਾਹਮਣੇ ਇਸ ਵੇਲੇ ਸ਼ਾਜੀ ਸ਼ਾਜੀ ਨੰਬਰ ਲੈ ਗਿਆ ਧੀਰਾ ਸੰਧੂ ਮਾਣੂਕੇ ਵਾਲੇ ਦਾ ਵਿਸ਼ੇਸ਼ ਧੰਨਵਾਦ ਹੈ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰ ਕਬੱਡੀ ਕਲੱਬ ਟੋਰਾਂਟੋ ਉਹਨਾਂ ਦਾ ਖਾਸ ਧੰਨਵਾਦ ਆ
तीरे संधू होना है और हैप्पी कबड्डी खिलाड़ी का है जसपाल पट्टी का है और हंसरा परिवार की बहुत बड़ी देन है। अगली कबड्डी मैदान के अंदर फिर बढ़ के कहने पूरिया शीशर रेड पा रहे मेरे वीरो पूरिया जसमानी चंबक है जसमानी चंबक जसमानी चंबक दो बार का कनेडा कप का बेस्ट बने फरियाद बड़ा लकी है मेरे वीरो कनेडा कप का बेस्ट एक बार आने की बड़ी गल होती है पर फरियाद दो बार का बेस्ट है। आओ सामने खेड मैदान अंदर मेरे वीरो कबड्डी 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 करता होया शहजाद अली बढ़िया होया शहजाद अली बढ़िया होया चार ने हुण चार हाक मारिया जेल आ गया जेल आ गया जेल आ गया बड़े अज दिन है हक वाली लुधियाने की हाल चाल खुश हो पूरे खुश हो जाते खुश हो मेला कमालपुरे हंस रहा वेख रहा नौजवान कमालपुरे का मेला गूंजद कल की धरती कृपा है पर आ जे बिच कंध कढ़ के खड़ते हैं ना ये मैं सब तो भैड़े लगते हैं ग्राउंड जेडे लोगों के मेरे वीरो कंध कढ़ के खड़ जाते हैं। आओ सामने खेड मैदान अंदर कबड्डी 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 हो गई है लखी मोमा ते मनु हंसरा जेडे पुराने टीम स्पॉन्सर की है लखी मोमा ते मनु हंसरे उन्हां दा धन्नवाद है। और इधर साढ़े वीर सारी सुपर स्टार वाली टीम खेल रही है बूटे खख उन्हां दी टीम है किन्ने किन्ने नंबर हो गए हुटर वाला आपकी साडा भरा बंटी आपकी हर एक बंदे की आपकी आपकी मुश्किल है ये कहना मेरा खेड़ा छड़ा दे लुटा घुक दी है ठीक है भाई थैंक यू जो दे रहो हूँ कुछ नहीं होता सार ला हूं मेरा वीर बन के जिम्मे कहते हैं डंग टपाल है कहीं हैप्पी हूँ डंग टपाल है मेरा वीर हाँ सारे का धन्यवाद दर्शकों का आई हुई संगत वड्डी है संगत कलगी धरती वड्डी है मेरे वीरो खुश है सारे रब थोनू सारयां नू खुश रखे रब थोनू सारयां नू चढ़दी कला च रखे संगत करके है संगत वड्डी है मेरी बेनती है उस मैच विचों हाकम वाले की टीम जेतू रही है मल्ले वाला जोगी अपने समय का महान कबड्डी खिडारी होया है एक कैंसर की बीमारी